कांग्रेस पार्टी के उम्मीदवार हरमन नंबरदार जी जेतू करार देते गए ने साडे नाल मौजूद ने। हरमन जी नतीजे आए ने ते कितनियां वोटां पईयां ने किन्ने दे जेतू? 287 दी लीड है जी। जी हाँ जी। ते किहदे नाल टक्कर रही तुहाडी? सतगुर सिंह डुगला नाल। सतगुर सिंह डुगला नाल। ते की संदेश दवोंगे वोटरां नूं? वोटरां दा बहुत धन्नवाद शुक्रिया जिन्होंने मेरे ते विश्वास प्रगटाया। मैं अपने चोण मुहिम दौरान एक नारा कहा लाया सीगा, नेक नीयत नेक इरादे पूरे करांगे सारे वादे। सो पूरे करांगे सारे वादे। ये ने हरमन नंबरदार जी जो जेतू करार दे दिते गए ने। हुण तक कांग्रेस पार्टी दे 8 उम्मीदवार जेतू करार दिते गए ने। एक आज़ाद उम्मीदवार जगतार सिंह चोण निशान ट्रैक्टर से उन्होंने वो जेतू करार दिते गए ने। तो वार्ड नंबर 6 चों श्रोमणी अकाली दल दे गुरविंदर सिंह सगू जेतू करार दे दिते गए ने। ਸਗੋਂ ਸਾਹਿਬ ਨਤੀਜੇ ਆ ਚੁੱਕੇ ਨੇ। ਹਾਂਜੀ ਸਰ। ਅਤੇ ਕੀ ਬਣਿਆ, ਕਿੰਨੀਆਂ ਵੋਟਾਂ ਜਿੱਤੀਆਂ? 2 ਨੰਬਰ ਵਾਰਡ ਨੰਬਰ 6 ਦੇ ਵਿੱਚੋਂ ਜੀ 21 ਵੋਟਾਂ ਦੇ ਉੱਤੇ ਅਕਾਲੀ ਦਲ ਦੀ ਚੋਣ ਨਿਸ਼ਾਨ ਤੋਂ ਚੋਣ ਲੜ ਰਿਹਾ ਸੀ, 21 ਵੋਟਾਂ ਦੇ ਉੱਤੇ ਸਾਨੂੰ ਜਿੱਤ ਪ੍ਰਾਪਤ ਹੋਈ ਹੈ ਜੀ। ਤੀਜੇ ਨੰਬਰ ਅੱਛਾ, ਵੋਟਰਾਂ ਨੂੰ ਕੀ ਕਹੋਗੇ? ਮੈਂ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਰਡ ਨੰਬਰ 6 ਦੇ ਵੋਟਰਾਂ ਦਾ ਔਰ ਸਾਰੇ ਸਪੋਰਟਰਾਂ ਦਾ ਜਿਨ੍ਹਾਂ ਨੇ ਮੇਰਾ ਪੂਰਨ ਸਹਿਯੋਗ ਦਿੱਤਾ, ਪੂਰਨ ਸਾਥ ਦਿੱਤਾ ਔਰ ਉਹਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਹੈ। ਸੋ ਗੁਰਵਿੰਦਰ ਸਿੰਘ ਸਗੂ ਨੇ ਆਪਣੇ ਵੋਟਰਾਂ ਦਾ ਧੰਨਵਾਦ ਕੀਤਾ। ਕੀ ਮਹਿਸੂਸ ਕਰ ਰਹੇ? ਬਹੁਤ ਖੁਸ਼ੀ ਹੋ ਰਹੀ ਹੈ। ਮੈਂ ਆਪਣੇ ਸਾਰੇ ਵੋਟਰ ਅਤੇ ਸਪੋਰਟਰਸ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹੈ ਵੀ ਉਹਨਾਂ ਨੇ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਜਿੱਤਾਇਆ। ਦੂਜੀ ਤਾਂ ਇਹ ਕਹਿ ਰਹੀ ਹੈ ਵੀ ਕਹਿੰਦੇ ਵੀ ਪਹਿਲੀ ਉਮੀਦ ਸੀ ਵੀ 250 ਵੋਟਾਂ ਦੇ ਫਰਕ ਨਾਲ ਜਿੱਤਣਗੇ, ਤੁਸੀਂ ਇਸ ਬਾਰੇ ਕਿਵੇਂ ਸੋਚਦੇ? ਉਹ ਤਾਂ ਕਿਹੜਾ ਕੁਛ ਕਹੀ ਜਾਣ ਦਿਓ। ਕੀ ਸੋਚ